ਇਹੜਾ ਸਵਾਲ ਇਹ ਬਣਦਾ ਕਿ ਲੋਕਾਂ ਦੇ ਦਿਲਾਂ ਦੇ ਵਿੱਚ ਆ ਵੀ ਜੇ ਅਸੀਂ ਬਦਲ ਕਰਨਾ ਚਾਹੁੰਨੇ ਆ ਸਾਰੀਆਂ ਪਾਰਟੀਆਂ ਦਾ ਹਾਲ ਉਹ ਦੇਖ ਰਹੇ ਨੇ ਉਹ ਬਦਲ ਕੀ ਆ ਉਹਨਾਂ ਦੇ ਕੋਲੇ ਫਿਰ ਆ ਦੇਖੋ ਮੇਰ ਸਿੰਘ ਇਹ ਪ੍ਰੋਬਲਮ ਹੈਗੀ ਆ ਆਪਣਾ ਜਦੋਂ ਆਪਾਂ ਇਹ ਕਹਿ ਦਿੰਦੇ ਨਾ ਜੇ ਇੱਥੋਂ ਕੁਝ ਨਹੀਂ ਨਿਕਲਣਾ ਅਲਾ ਕਹਿੰਦਾ ਫਿਰ ਕਰੀਏ ਕੀ ਬਹੁਤ ਲੋਕ ਇਹ ਵੀ ਕਹਿੰਦੇ ਕਿ ਜੇ ਸਿਮਰਜੀਤ ਸਿੰਘ ਮਾਨ ਨੂੰ ਪਾਉਂਦੇ ਤਾਂ ਸਾਡੀ ਵੋਟ ਖਰਾਬ ਨਹੀਂ ਪਾਈਏ ਵੀ ਕਿਨੂੰ ਜੇ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਜੋ ਹਾਲ ਹੋਣਾ ਜਿਵੇਂ ਉਹ ਕਹਿੰਦੇ ਨੇ ਉਹ ਕਹਿੰਦੇ ਨੇ ਕਿ ਦਵਿੰਦਰਪਾਲ ਪੁੱਲਰ ਜੀ ਦੀ ਜਿਹੜੀ ਰਿਹਾਈ ਦੀ ਹੋਇਆ ਫਾਈਲ ਪਈ ਉਹ ਐਲਜੀ ਕੋਲ ਹੈ ਕੋਈ ਕਹਿੰਦਾ ਨਹੀਂ ਉਹ ਜਿਹੜ ਪਾਇਤਪਾਲ ਸਿੰਘ ਮਾਂਝਪੁਰ ਉਹ ਕਹਿੰਦੇ ਨੇ ਨਹੀਂ ਹਜੇ ਦਿੱਲੀ ਸਰਕਾਰ ਦੇ ਕੋਲ ਪਈ ਆ ਉਹਨਾਂ ਦੇ ਸਾਈਨ ਹੋਣੇ ਬਾਕੀ ਨੇ ਦੋ ਵਾਰੀ ਹੋ ਰਾ ਦੇ ਚਲੋ ਇਹ ਤਾਂ ਬਿਲਕੁਲ ਝੂਠ ਬੋਲ ਰਹੇ ਨੇ ਕੇਜਰੀ ਵਾਲੇ ਝੂਠ ਬੋਲ ਰਹੇ ਆ ਭਗਵੰਤ ਮਾਨ ਝੂਠ ਬੋਲ ਰਹੇ ਆ ਤੇ ਸਾਰੀ ਉਹਨਾਂ ਦੀ ਪਾਰਟੀ ਝੂਠ ਬੋਲ ਰਹੀ ਆ ਤੇ ਇਠਾਂ ਤੱਕ ਜਿਹੜੀ ਮੈਂ ਕਿਹਾ ਸੀ ਨਾ اخਲਾਕੀ ਨਿਗਾਰ ਉਹ ਆਪ ਦੇ ਮਾਮਲੇ 'ਚ ਆਪਣਾ ਦਵਿੰਦ ਪ੍ਰੋਫੈਸਰ ਦਵਿੰਦਰਪਾਲ ਭੋਲਰ ਦੇ ਮਾਮਲੇ 'ਚ ਉਹ ਕਿਵੇਂ ਪ੍ਰਗਟ ਹੋ ਰਿਹਾ ਦੇਖੋ ਹਣਾ ਥੱਲੇ ਤੱਕ ਬੰਦੇ ਨਾ ਮਤਲਬ ਕਿਉਂਕਿ ਉਹਨੇ ਕਹਿਤਾ ਇਹਦੇ ਵਿੱਚੋਂ ਆਪਣਾ ਚਲੋ ਤੁਸੀਂ ਇਹ ਗੱਲ ਕਰ ਲਈ ਤੇ ਇੱਕ ਬੜੀ ਮਹੱਤਵਪੂਰਨ ਗੱਲ ਹੈ ਨਹੀਂ ਇੱਕ ਜ਼ਰੂਰੀ ਗੱਲ ਇਹਦੇ ਚੋਂ ਇਹ ਹੈ ਕਿ ਇਸ ਮਾਮਲੇ ਨੇ ਇਹ ਦਿਖਾਤਾ ਵੀ ਜਿਹੜੇ ਅੰਨਾ ਭਗਤ ਬਣਨਾ ਬੰਦਾ ਕਿਸੇ ਦਾ ਬਣ ਜਾ ਕੋਈ ਮੋਦੀ ਦਾ ਬਣ ਗਿਆ ਕੇਜਰੀਵਾਲ ਦਾ ਬਣ ਗਿਆ ਭਾਵੇਂ ਮੇਰਾ ਵੀ ਬਣ ਜੀ ਠੀਕ ਹੈ ਨਾ ਅੰਨਾ ਭਗਤ ਬੰਦਾ ਕਿੰਨਾ ਨਾ ਹੋ ਜਾਂਦਾ ਸਭ ਕੁਝ ਉਹਦਾ ਕੰਮ ਕਰਨੋਂ ਹਟ ਜਾਂਦਾ ਉਹਦਾ اخلاق ਉਹਦੀ ਨੈਤਿਕਤਾ ਸਭ ਕੁਝ جواب ਦੇ ਜਾਂਦੀ ਉੱਤੋਂ ਇੱਕ ਬਣ ਕਹਿਤਾ ਉਹਨੇ ਹਾਂ ਜੀ ਮਤਲਬ ਕਿੰਨੀ ਬੇਸ਼ਰਮੀ ਨਾਲ ਭਗਵੰਤ ਮਾਨ ਨੇ ਝੂਠ ਬੋਲਿਆ ਉਹਨੂੰ ਵੀ ਪਤਾ ਸੀ ਜਦੋਂ ਬੋਲ ਰਿਹਾ ਸੀ ਉਹਦਾ ਚਿਹਰਾ ਦੱਸ ਰਿਹਾ ਸੀ ਉਹਦੀਆਂ ਅੱਖਾਂ ਦੱਸ ਰਹੀਆਂ ਸੀ ਹੁਣ ਵੀ ਉਹਨੂੰ ਪਤਾ ਮੈਂ ਝੂਠ ਬੋਲ ਗਿਆ ਤੇ ਉਹ ਬੰਦਾ ਨਹੀਂ ਕੁਝ ਕਰ ਸਕਦਾ ਕਿਉਂ ਮਨਚਾ ਵੀ ਮੈਂ ਸੀਐਮ ਬਣਨਾ ਸੋ ਇਹ ਅੱਜ ਸਾਡਾ ਬੰਦਾ ਨਾ ਹਾਰੇ ਕੋਈ ਸਾਡਾ ਬੰਦਾ ਨਾ ਹਾਰੇ ਸਾਡੀ ਪਾਰਟੀ ਜਿੱਤੇ ਜੋ ਮਰਜ਼ੀ ਝੂਠ ਬੋਲੋ ਤੋ ਕਿੱਡੀਆਂ ਵੱਡੀ ਸਾਰ ਤੁਸੀਂ ਬੇਇਨਸਾਫੀ ਕਰ ਰਹੇ ਹੋ ਹਨ ਇੱਕ ਤਾਂ ਵੀ ਬੰਦੇ ਦਾ ਉਹਦਾ ਇੱਕ ਉਹਦਾ ਮਨੁੱਖ ਦਾ ਅਧਿਕਾਰ ਹੈ ਜੇਲ ਕੱਟ ਚੁੱਕਿਆ ਹੈ ਹਨਾ ਤੇ ਤੁਸੀਂ ਇੱਕ ਸਿਰਫ ਆਪਣੀਆਂ ਵੋਟਾਂ ਦੀਆਂ ਗਿਣਤਿਆਂ ਮਿੰਤਿਆਂ ਚੋਂ ਉਹ ਕਹਿ ਨਹੀਂ ਲਾਗੇ ਹੁਣ ਤਾਂ ਵੀ ਇਹ ਵੋਟਾਂ ਤੋਂ ਬਾਅਦ ਦੇਖਾਂਗੇ ਹੁਣ ਤਾਂ ਸਾਨੂੰ ਹਿੰਦੂ ਵੋਟ ਦੀ ਲੋੜ ਆਦੀ ਇੱਕ ਤਾਂ ਮੈਨੂੰ ਮੇਰ ਸਿੰਘ ਇਸ ਗੱਲ ਦੇ ਉੱਤੇ ਬੰਦਿਆ ਸਾਰੀਆਂ ਪਾਰਟੀਆਂ ਤੇ ਨਾ ਸਾਰਾ ਹਿੰਦੂ ਦੀ ਵੋਟ ਦਾ ਖਿਆਲ ਹੈ ਸਿੱਖਾਂ ਨੂੰ ਉਹ ਫਰ ਗਰੰਟਡ ਲੈ ਲੈ ਵੀ ਇਹਨਾਂ ਦਾ ਕੀ ਹੈ ਜੀ ਜਿਵੇਂ ਤਾਂ ਬਾਦੂ ਜੀ ਜੀ ਸ਼ਾਮ ਲਾਟਦੀ ਤੇ ਇਹ ਆਪ ਹੀ ਆ ਕੁਝ ਵੋਟ ਵੇਜੂ ਕੁਝ ਨਹੀਂ ਤੇ ਚਲੋ ਇਫੈਕਟ ਵੀ ਆ ਪੰਜਾਬ ਦੇ ਬਜਰਾ Hindu ਹੈ ਉਹ ਜਦੋਂ ਵੋਟ ਪਾਉਂਦਾ ਇਨ ਬਲਾਕ ਪਾਉਂਦਾ ਆਲਮੋਸਟ ਓਵਰਬੈਲਿੰਗ ਮੈਜੋਰਟੀ ਇੱਕ ਪਾਸੇ ਉਲਰਦੀ ਹੈ ਤੇ ਮੈਂ ਐਨਾਲਿਸਿਸ ਕੀਤਾ 1952 ਤੋਂ ਲੈ ਕੇ ਹੁਣ ਤੱਕ ਪੰਜਾਬ ਦੀ ਹਰ ਇਲੈਕਸ਼ਨ ਦਾ ਜਿਹੜਾ ਫਾਈਨਲ ਆਊਟਕਮ ਹੈ ਉਹ Hindu ਨੇ ਡਿਟਰਮਨ ਕਰਨਾ ਹੈ ਗਿਣਤੀ ਉਹਦੀ ਜਿੰਨੀ ਮਰਜ਼ੀ ਹੋਵੇ ਚਲੋ ਗਿਣਤੀ ਵੀ ਨਹੀਂ ਥੋੜੀ ਨਹੀਂ ਹੋਊ ਅੱਧ ਦੇ ਬਰਾਬਰ ਨੂੰ ਢੁਕੇ ਪਏ ਨ ਉਹ ਕੁੱਲ ਮਿਲਾ ਕੇ ਜੇ ਦਲਤਾਂ ਦਾ ਜਿਹੜਾ ਆਪਾਂ ਕਹਿ ਲੀਏ ਨਾ ਦੁਆਬੇ ਵਾਲਾ ਦਲਤ ਹੈ ਨਾ ਜੇ ਉਹਨੂੰ ਆਪਾਂ ਹਿੰਦੂਆਂ ਚ ਗਿਣ ਲਿਗੇ ਜਾਂ ਜਿਹੜੇ ਬੰਦੇ ਉਹ ਗੈਰ ਸਿੱਖਨ ਜਾਂ ਹੋਰ ਤੇ ਉਹ ਹੁਣ ਮਤਲਬ ਉਹਨਾਂ ਦੀ ਹੈਗੀ ਐ ਇਹ ਉਹ ਚਲੋ ਦਲਤਾਂ ਨੂੰ ਪਾਸੇ ਵੀ ਕੱਢ ਦਿੱਗੇ ਇੰਨਾ ਚ ਹੈਗਾ ਜਿਹੜਾ ਮਤਲਬ ਵਪਾਰੀ ਵਰਗ ਜਾਂ ਨਾ ਜਿੰਨਾ ਘਟਵਾਣੀਆਂ ਤੇ ਹੋਰ ਉਹ ਇਕੱਠੇ ਹੋ ਕੇ ਭੋਗਤ ਦੇ ਸਿੱਖ ਦੀ ਐ ਪ੍ਰੋਬਲਮ ਹੈ ਇਹ ਬੰਦਿਆ ਗਿਆ ਉਹਨਾਂ ਢੜਿਆਂ ਚਾ ਮਤ ਪਿੰਡਾਂ ਦੀ ਢੜੇ ਬੰਤਾ ਮਸ਼ਹੂਰ ਹੈ ਨਾ ਸ਼ਹਿਰਾਂ ਦੀ ਢੜੇ ਬੰਦੀ ਕਿਤੇ ਉਹਨਾਂ ਦੀ ਸੁਣੀ ਹੈ ਤੂੰ ਆੜਤੀਆਂ ਦੀ ਜਿੰਨੀ ਇੱਥੇ ਹੁੰਦੀ ਹੈ ਸਰ ਵੱਡ ਇਹ ਸਾਡਾ ਟ੍ਰਾਈਬਲ ਨੇਚਰ ਹੈ ਇਸ ਤੋਂ ਉਹ ਉਹਦਾ ਫਾਇਦਾ ਉਠਾ ਰਹੇ ਸੋ ਇਹ ਜਿਹੜੀ ਗੱਲ ਹੈ ਨਾ ਮਤਲਬ ਵੀ ਤੁਸੀਂ ਨੰਗਾ ਚਿੱਟਾ ਝੂਠ ੇਠਾਂ ਤੱਕ ਬੋਲ ਰਹੇ ਹੋ ਤੇ ਇੱਕ ਗੱਲ ਹੋਰ ਜਿਹੜੀ ਹੁਣ ਪ੍ਰਗਟ ਹੋ ਰਹੀ ਹੈ ਵੀ ਉਹ ਬੰਦਿਆਂ ਦੇ ਗੱਲਪੈਣ ਤੱਕ ਜਾ ਰਹੇ ਹੈ ਇਹ ਬਹੁਤ ਖਤਰਨਾਕ ਹੈ ਇੱਥੇ ਪੰਥਕ ਧਰਾਂ ਵਾਸਤੇ ਇੱਕ ਚੈਲੰਜ ਵੀ ਚੈਲੰਜ ਹੈ ਜੀ ਹਾਂ ਇਕੱਠੇ ਹੋ ਕੇ ਨਾ ਇਹਦਾ ਟੱਕਰਾ ਕਰਨਾ ਚਾਹੀਦਾ ਤੇ ਕੁਛ ਖਤ ਤੱਕ ਸਭ ਕੁ ਸਿਕਾਉਣਾ ਚਾਹੀਦਾ ਜਿਹੜੇ ਇਹੋ ਜਿਹੇ ਬੰਦੇ ਨੇ ਨਾ ਆਪਦੀ ਗਰਜ ਪਿੱਛੇ ਆਪਦੇ ਹਿਤਾ ਪਿੱਛੇ ਉਹ ਐਡੇ ਵੱਡੀਆਂ ਗੱਲਾਂ ਨੂੰ ਉਹ ਕਰ ਰਹੇ ਨੇ ਹੈਨਾ ਸੋ ਉਹ ਉਹਨਾਂ ਨੂੰ ਕਰਨਾ ਚਾਹੀਦਾ